ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਪੰਜਾਬ ਦਾ ਮੌਸਮ ਅੱਜ ਗੱਲ ਕਰਦੇ ਹਾਂ 27 ਮਈ ਦੇ ਪੰਜਾਬ ਦੇ ਮੌਸਮ ਦੀ ਜਿਵੇਂ ਕਿ ਪਿਛਲੇ 2 ਦਿਨ ਪੰਜਾਬ ਵਿੱਚ ਕਈ ਇਲਾਕਿਆਂ ਵਿੱਚ ਵੱਡੇ ਪੱਧਰ ਤੇ ਮੀਂਹ ਪਿਆ ਤੇ ਕਈ ਹਲਕਿਆਂ ਦੇ ਵਿੱਚ ਥੋੜਾ ਜਿਹਾ ਘੱਟ ਵੀ ਮੀਂਹ ਪਿਆ ਪਰ 27 ਮਈ ਨੂੰ ਤਕਰੀਬਨ ਆਉਣ ਵਾਲੇ 4 ਤੋਂ 8 ਘੰਟਿਆਂ ਦੇ ਵਿੱਚ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਇੱਕ ਵਾਰ ਫੇਰ ਤੋਂ ਮੀਂਹ ਪੈਣ ਦੀ ਸੰਭਾਵਨਾ ਵੱਡੇ ਪੱਧਰ ਤੇ ਬਣੀ ਹੋਈ ਹੈ ਪਰ ਇਹ ਕਾਰਵਾਈਆਂ ਕਈ ਖੇਤਰਾਂ ਵਿੱਚ ਵੱਡੇ ਪੱਧਰ ਤੇ ਹੋਣ ਦੀ ਸੰਭਾਵਨਾ ਹੈ ਤੇ ਕਈ ਖੇਤਰਾਂ ਦੇ ਵਿੱਚ ਥੋੜਾ ਜਿਹਾ ਉਦੋਂ ਘੱਟ ਵੀ ਪੈਣ ਦੀ ਸੰਭਾਵਨਾ ਹੈ ਤੇ ਗਰਜ ਚਮਕ ਦੇ ਨਾਲ ਕਈ ਜਗ੍ਹਾ ਤੇਜ਼ ਹਨੇਰੀ ਚੱਲਣ ਦੀ ਵੀ ਸੰਭਾਵਨਾ ਹੈ ਜਿਸ ਦੀ ਰਫ਼ਤਾਰ 100 ਕਿਲੋਮੀਟਰ ਦੇ ਆਸ-ਪਾਸ ਵੀ ਹੋ ਸਕਦੀ ਹੈ ਤੇ ਇਸ ਦੇ ਨਾਲ ਹੀ ਜਿੱਥੇ ਕਿਤੇ ਮੀਂਹ ਜਾਰਾ ਪੈਂਦਾ ਹੈ ਉੱਥੇ ਹਲਕੀ ਤੋਂ ਲੈ ਕੇ ਚੰਗੇ ਗੜੇਮਾਰੀ ਹੋਣ ਦੀ ਇੱਕ ਵਾਰ ਫੇਰ ਸੰਭਾਵਨਾ ਬਣੀ ਹੋਈ ਹੈ ਆਉਣ ਵਾਲੇ 2 ਤੋਂ 3 ਦਿਨ ਵੀ ਮੌਸਮ ਬੱਦਲਬਾਈ ਬਣੀ ਰਹੇਗੀ ਤੇ ਮੀਂਹ ਵੀ ਚੰਗੇ ਪੈਣ ਦੀ ਸੰਭਾਵਨਾ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਹਫਤੇ ਮੌਸਮ ਸਾਫ ਘੱਟ ਰਹੇਗਾ ਬੱਦਲਬਾਈ ਰਹੇਗੀ ਤੇ ਗਰਮੀ ਤੋਂ ਵੀ ਰਾਹਤ ਬਣੀ ਰਹੇਗੀ